ਤੀਵਾ ਨੰਗ ਤਰੰਗ ਹਾਂਜੀ ਤੇ ਤੁਸੀਂ ਸਮਝੀ ਸਮਝ ਰਹੇ ਹੋ ਸਰ ਕਿ ਤੀਵਾ ਬੜਾ ਸੋਹਣਾ ਲੱਗ ਰਿਹਾ ਹੈ ਕਿ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਕਦੇ ਗਰੂਰ ਨਹੀਂ ਕੀਤਾ ਮੈਂ ਅੱਜ ਅੱਲਾ ਨੂੰ ਸ਼ੁਕਰ ਹੈ ਮੂੰਹ ਧੋ ਕੇ ਆਇਆ ਤੇ ਕੰਘੀ ਮਾਰ ਕੇ ਆਇਆ ਵਾ ਜੀ ਨਾਜ਼ਰੀਨ ਸਿੱਧੇ ਹੋ ਜਾਓ ਔਰ ਤੁਸਾਂ ਵੀ ਤੇ ਜਿੰਨੇ ਵੀ ਸਿਆਸਤਦਾਨ ਹਨ ਪਾਕਿਸਤਾਨ ਦੇ ਸਾਰੇ ਸਿੱਧੇ ਹੋ ਜਾਓ ਜੀ ਹਾਂ ਨਾਜ਼ਰੀਨ ਅੱਜ ਦਾ ਮੌਜੂ ਹੈ ਔਰ ਖਾਸਮ ਖਾਸ ਮੌਜੂ ਹੈ ਕਿਉਂਕਿ ਤੁਹਾਨੂੰ ਪਤਾ ਜਦੋਂ ਵੀ ਤੀਫਾ ਨੰਗ ਤਰੰਗ ਆਉਂਦੇ ਤੇ ਇੱਕ ਸੋਹਣਾ ਸੋਹਣਾ ਮੌਜੂ ਲੈ ਕੇ ਆਉਣਾ ਤੇ ਬੜਾ ਫਿੱਟ ਕਿਸਮ ਦਾ ਮੌਜੂ ਲੈ ਕੇ ਆਉਂਦੇ ਤੇ ਅੱਜ ਦਾ ਮੌਜੂ ਹੈ ਹਕੂਮਤ ਨੀ ਵਧੀ ਹੋਈ ਬਗਾਰਤੀ ਹਾਂਜੀ ਹਕੂਮਤ ਨੀ ਵਧਨੀ ਹੋਈ ਬਗਾਰਤੀ ਮਤਲਬ ਕਿ ਵਧ ਰਹੀ ਹੈ ਇਹ ਹਕੂਮਤ ਜਿਸ ਤਰ੍ਹਾਂ ਇਹ ਡਰਾਮਾ ਰਚਾਇਆ ਹੋਇਆ ਪੂਰੇ ਪਾਕਿਸਤਾਨ ਵਿੱਚ ਪੈਸਿਆਂ ਨੇ ਨਾ ਦੇ ਇਮਦਾਦਾਂ ਨੇ ਨਾ ਦੇ ਇਮਦਾਦਾਂ ਲੈ ਰਹੀ ਹੈ ਖਾ ਰਹੀ ਹੈ ਅੱਗੇ ਵੀ ਦੇ ਰਹੀ ਹੈ ਕਿਸ ਤਰੀਕੇ ਨਾਲ ਦੇ ਰਹੀ ਹੈ ਨਾਜ਼ਰੀਨ ਅੱਜ ਤੁਹਾਨੂੰ ਦੱਸਾਂ ਔਰ ਤੋਂ ਖੁਦ ਵੀ ਤੱਕਿਆ ਹੋ ਸੀ ਪਿਛਲੇ ਦਿਨਾਂ ਮੀਡੀਆ ਨੇ ਮੀਡੀਆ ਦੇ ਜੀ ਭਾਈ ਜਾਨ ਤੇ ਇਹ ਪਿਛਲੇ ਦਿਨਾਂ ਜਿੰਨਾ ਪੇਮੈਂਟ ਦਿੱਤੀ ਹੈ ਥਰ ਵਾਲਿਆਂ ਨੂੰ ਸਿੰਧ ਵਾਲੇ ਪਾਸੇ ਥਰ ਵਾਲਿਆਂ ਨੂੰ ਤੇ ਤੁਸੀਂ ਤੱਕਿਆ ਖੁਦ ਹੋ ਕਿ ਉਹ ਜੰਗਲੀ ਲੋਕ ਜਾਏ ਲੋਕ ਉੱਥੇ ਨਾ ਸਕੂਲ ਹੈ ਨਾ ਮਸਜਿਦ ਹੈ ਕੁਝ ਵੀ ਨਹੀਂ ਹੈ ਤੇ ਉਹ ਲੋਕ ਜਾਏ ਲੋਕ ਜਾਏ ਔਰਤਾਂ ਜਿਹੜੀਆਂ ਵਿਚਾਰੀਆਂ ਉਹ ਆ ਕੇ ਉਹਨਾਂ 6-6 ਫੁੱਟ ਨਾਲ ਫਾਸਲਾ ਰੱਖ ਕੇ ਉਹ ਬੈਠੀਆਂ ਕਿਸ ਤਰ੍ਹਾਂ ਬੈਠੀਆਂ ਕਿ ਉਹਨਾਂ ਵਿੱਚ ਅਕਲ ਨਾ ਹੀ ਚੀਜ਼ ਵੀ ਨਹੀਂ ਹੈ ਨਾ ਉਹ ਪੜ੍ਹੇ ਲਿਖੇ ਪਰ ਉਹਨਾਂ ਵੀ 6-6 ਫੁੱਟ ਨਾਲ ਫਾਸਲਾ ਰੱਖਿਆ ਉਹਨਾਂ ਆਰਾਮ ਨਾਲ ਪੈਸੇ ਕਿਤੇ ਜੀ ਹਾਂ ਨਾਜ਼ਰੀਨ ਔਰ ਇੱਕ ਪਾਸੇ ਤੱਕੋ ਤੁਸੀਂ ਕਿ ਪੜ੍ਹੇ ਲਿਖੇ ਲੋਕ ਸ਼ਹਿਰ ਦੇ ਲੋਕ ਪੜ੍ਹੇ ਲਿਖੇ ਲੋਕ ਸ਼ਹਿਰ ਦੇ ਲੋਕ ਉਹ ਇਤਨੇ ਕੋਈ ਪੜ੍ਹੇ ਲਿਖੇ ਲੋਕ ਸਨ ਇਤਨੇ ਕੋਈ ਉਹ ਤੇਜ਼ ਤਰਾਜ਼ ਲੋਕ ਸਨ ਕਿ ਉਹਨਾਂ ਵਿਚਾਰੇ ਬੁੱਢੀ ਮਾਰ ਦਿੱਤੀ ਹਾਂਜੀ ਬੁੱਢੀ ਮਾਰ ਦਿੱਤੀ ਸੰਗੀਓ ਮੈਂ ਸਹੀ ਕਹਿ ਰਿਹਾ ਵਾ ਪਿਛਲੇ ਦਿਨਾਂ ਕੋਈ ਬੰਦਾ ਤੁਸੀਂ ਵੀ ਤੱਕਿਆ ਹੋਵੇ ਉਹਨਾਂ ਪੈਰਾਂ ਥੱਲੇ ਦੇ ਕੇ ਬੁੱਢੀ ਮਾਰ ਦਿੱਤੀ ਇਹ ਹੋਰ ਭਰੇ ਲਿਖੇ ਲੋਕ ਇਹਨਾਂ ਨੂੰ ਕਹਿੰਦੇ ਭਰੇ ਲਿਖੇ ਜਾਏ ਹਾਂਜੀ ਤੇ ਨਾਜ਼ਰੀਨ ਅੱਜ ਨਾ ਜਿਹੜਾ ਟੋਟਕਾ ਜਾਂ ਟੋਟਕੇ ਵਾਲੇ ਪਾਸੇ ਜੁਲਣੀਆਂ ਸੀ ਇਹ ਜਿਹੜੇ ਜਿਤਨੇ ਵੀ ਸਿਆਸਤਦਾਨ ਹਨ ਤੇ ਖਾਸ ਖਾਸ ਕਰ ਇਮਰਾਨ ਖਾਨ ਸਾਹਿਬ ਇਮਰਾਨ ਖਾਨ ਸਾਹਿਬ ਇੱਕ ਗੱਲ ਗੌਰ ਕਰਿਓ ਤੁਹਾਡਾ ਜਾਣ ਨੂੰ ਆਖਰੀ ਟਾਈਮ ਆ ਗਿਆ ਹੈ ਹਾਂ ਇਨਸ਼ਾਅੱਲਾ ਬਸ ਤੁਸੀਂ ਬਹੁਤ ਜਲਦ ਜਾਣ ਲੱਗੇ ਹੋ ਇਹ ਕੋਰੋਨਾ ਵਾਇਰਸ ਦੀ ਫਿਲਮ ਨਾ ਹੋਵੇ ਲਾਕਡਾਊਨ ਦੀ ਫਿਲਮ ਨਾ ਹੋਵੇ ਤੁਸੀਂ ਚੁੱਕੇ ਗਏ ਸੋ ਇਹ ਤੁਸੀਂ ਜਿਤਨੇ ਵੀ ਬੰਦੇ ਹੋ ਜਿਤਨੇ ਵੀ ਹੋ ਬਗਾਰਤੀਆਂ ਕਰ ਰਹੇ ਹੋ ਇਹ ਤੁਸੀਂ ਜਿਸ ਤਰ੍ਹਾਂ ਬੰਦੀਆਂ ਨੂੰ ਖਾਸ ਕਰ ਔਰਤਾਂ ਨੂੰ ਪੈਸੇ ਦੇ ਕੇ ਤੁਸੀਂ ਉਹਨਾਂ ਨੂੰ ਖਲ ਕੇ ਕਹਿ ਰਹੇ ਹੋ ਕਿ ਪੈਸੇ ਗਿਣੋ ਸਾਡੇ ਸਾਹਮਣੇ ਕੈਮਰੇ ਦੇ ਸਾਹਮਣੇ ਤੇ ਮੈਂ ਖੁਦ ਤੱਕ ਗਿਆ ਅੱਜ ਮੈਂ ਸਵੇਰ ਖੁਦ ਤੱਕ ਗਿਆ ਨਿਊਜ਼ ਚੈਨਲ ਕਿ ਇੱਕ ਔਰਤ ਜਿਹੜੀ ਜਿਸਨੇ ਮੂੰਹ ਤੇ ਉਸ ਮੂੰਹ ਵੀ ਨਹੀਂ ਛੁਪਾਇਆ ਹੋਇਆ ਸੀ ਆਪਣਾ ਤੇ ਉਸ ਕੋਲ ਤੁਸੀਂ ਪੈਸੇ ਗਿਣਵਾ ਰਹੇ ਸੀ ਉਸਦਾ ਪੈਸੇ ਦੇ ਕੇ ਤੇ ਉਸਨੇ ਮੂੰਹ ਤੇ ਮੈਂ ਤੱਕ ਰਿਹਾ ਸੀ ਕਿ ਉਸਨੇ ਮੂੰਹ ਤੇ ਵਿਚਾਰੀ ਤੇ ਕੀ ਗੁਜ਼ਰ ਰਹੀ ਸੀ ਜੀ ਨਜ਼ਰੀਏ ਤੋਂ ਇੱਕ ਬੁੱਢੀ ਜਿਹੜੀ ਸੀ ਵਿਚਾਰੀ ਉਹ ਪੈਸੇ ਲੈ ਕੇ ਡਾਂਸ ਕਰ ਰਹੀ ਸੀ ਕਿਉਂ ਉਹ ਉਸਦਾ ਖੁਸ਼ੀ ਹੋਈ ਸੀ ਤੁਸੀਂ ਪੈਸੇ ਦਿੱਤੇ ਸਨ ਪਰ ਤੁਹਾਡੇ ਪੈਸੇ ਦੇਣ ਦਾ ਤਰੀਕਾ ਗਲਤ ਹੈ ਬਾਬਾ ਜੀ ਇਨਸਾਨ ਬਣੋ ਨਾ ਉਹ ਅੰਦਰੀ ਤੁਸੀਂ ਚਿੱਤਰ ਖਾਣ ਵਾਲੇ ਹੋ ਸਮਝ ਲਓ ਕਿੱਥੇ ਹਾਂ ਸਿਆਣੇ ਹੋ ਤੁਸੀਂ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਤੇ ਮਿਹਰਬਾਨੀ ਕਰੋ ਤਰੀਕਾ ਕਰੋ ਪੈਸੇ ਦੇਣ ਦਾ ਉਦੋਂ ਤੁਸੀਂ ਨਵਾਂ ਟੋਪੀ ਡਰਾਮਾ ਸ਼ੁਰੂ ਕੀਤਾ ਹੋਇਆ ਕਿ ਜੀ ਇਹ ਪੈਸੇ ਜੋ ਹੈ ਇਹ ਉਹਨ ਬੰਦੋ ਕੇ ਲਈ ਹੈ ਜੋ ਮਜ਼ਦੂਰ ਲੋਕ ਹੈ ਮਜ਼ਦੂਰ ਤਬਕੇ ਉਹ ਮੰਨ ਗਿਆ ਜ਼ਾਲਮ ਦੇ ਬਚੋ ਤੁਸਾਂ ਦੇ ਸਾਰਿਆਂ ਨਾਲ ਬੇਰਾ ਗਾਰ ਕਰ ਦਿੱਤਾ ਹੈ ਉਹ ਜਿਤਨੇ ਵੀ ਦੁਕਾਨ ਵਾਲੇ ਈਵਨ ਕਿ ਸੁਨਿਆਰਾ ਨਾ ਵੀ ਤੁਸਾਂ ਬੇਰਾ ਗਾਰ ਕਰ ਦਿੱਤਾ ਉਹ ਸੁਨਿਆਰੇ ਵੀ ਘਰ ਬਹਿ ਕੇ ਵਿਚਾਰੇ ਭੁੱਖੇ ਹੋ ਗਏ ਨੂੰ ਤੇ ਤੁਸੀਂ ਕਹਿ ਰਹੇ ਹੋ ਮਜ਼ਦੂਰ ਤੇ ਮੰਗਣ ਵਾਲੇ ਨੇ ਵਿਚਾਰੇ ਉਹ ਤੇ ਰਮਜ਼ਾਨ ਜੀ ਮੰਗਣ ਨਹੀਂ ਕਿਤਾਰਦੇ ਹੋਣੇ ਉਹਨਾਂ ਦਾ ਕੰਮ ਹੈ ਜਿੱਥੇ ਉਹ ਪੇਮੈਂਟ ਮਿਲੀ ਜਿੱਥੇ ਰਾਸ਼ਨ ਮਿਲਿਆ ਉਹ ਪਹੁੰਚ ਜਾਸਨ ਜੀ ਨਜ਼ਰੀ ਭਾਵੇਂ ਤੁਸੀਂ ਲਾਈਨਾਂ ਕਿਉਂ ਨਾ ਲਵਾਓ 600 ਬੰਦੇ ਦੀ ਲਾਈਨ ਹੋਵੇ 6000 ਬੰਦੇ ਦੀ ਲਾਈਨ ਹੋਵੇ ਉਹ ਤੇ ਲਾਈਨ ਦੇ ਲਕਸਨ ਉਹ ਜਿਹੜੇ ਗਰੀਬ ਗੁਰਬਾ ਕੋਮਨ ਉਹ ਤੇ ਲਕਸਨ ਜਿਹੜੇ ਵਿਚਾਰੇ ਸਫੇਦ ਪੋਸ਼ ਲੋਕ ਜਿਹੜੇ ਘਰ ਚ ਬੈਠੇ ਹਾਜੀ ਟੈਬ ਰਾਜੇ ਟੈਬ ਚੌਧਰੀ ਟੈਬ ਇਜੇ ਉਹ ਵਿਚਾਰੇ ਕਿਸ ਤਰ੍ਹਾਂ ਸਾਰੇ ਸਾਹਮਣੇ ਜਾ ਕੇ ਅੰਗੂਠੇ ਲਾਸਨ ਜੀ ਇਨਸਾਨ ਬਣੋ ਜੀ ਅਕਲ ਹੱਥ ਮਾਰੋ ਤੁਸੀਂ ਸਾਰੇ ਯਾਰ ਤੁਸੀਂ ਤਾਂ ਬਹੁਤ ਹੀ ਬਗਾਰਦੇ ਨੇ ਆਫੀ ਕਦਾਰ ਤੇ ਪਹੁੰਚ ਗਏ ਉਹ ਸਾਰੇ ਹੋ ਯਾਰ ਇਮਾਨ ਨਾਲ ਕੋਈ ਤਰਤੀਬ ਕਰੋ ਕੋਈ ਪੈਸੇ ਦੇਣੇ ਨੇ ਕਿਸੇ ਤਾਂ ਕੋਈ ਤਰਤੀਬ ਕਰੋ ਕੋਈ ਈਜ਼ੀ ਪੈਸੇ ਨਹੀਂ ਸੂਰਜ ਕਰੋ ਆਈਡੀ ਕਾਰਡ ਕੀ ਸਸਤੇ ਵੇ ਆਈਡੀ ਕਾਰਡ ਕੀ ਸਸਤੇ ਹੋਣੇ ਅੱਜ ਕੱਲ੍ਹ ਤੇ ਨਵਾਂ ਚਿਪ ਵਾਲਾ ਕਾਰਡ ਦਿੱਤਾ ਨੇ 1800-1500 ਜਿੱਥੇ ਲੱਗ ਗਿਆ ਥੁੱਕ ਲਾ ਜਾਓ ਉਸ ਚਿਪ ਲੱਗੀ ਹੈ ਨਾ ਪਤਾ ਕਰਾਓ ਕਿਹੜਾ ਗਰੀਬ ਹੈ ਕਿਹੜਾ ਨਹੀਂ ਹੈ ਕਿਹੜਾ ਕੀ ਕਰ ਰਿਹਾ ਮੰਨ ਗਏ ਤੁਸੀਂ ਸਾਰਿਆਂ ਨੂੰ ਉਹ ਖਾਨ ਸਾਹਿਬ ਤੇਰਾ ਅਕਲ ਹੱਥ ਮਾਰੋ ਐ ਨਹੀਂ ਹੈ ਤੁਹਾਡੀ ਅਕਲ ਪਰ ਫਿਰ ਵੀ ਹੱਥ ਮਾਰੋਗੇ ਤਾਂ ਅੱਗੇ ਪਿੱਛੋਂ ਨਿਕਲ ਆਵੇ ਨੇ ਹਾਂ ਮਿਹਰਬਾਨੀ ਕਰੋ ਯਾਰ ਕੋਈ ਤਰਤੀਬ ਕਢੋ ਤੂੰ ਸਾਰੇ ਇਹ ਜਿਹੜੇ ਮਹੱਲਿਆਂ ਵਿੱਚ ਅੱਗੇ ਪਿੱਛੇ ਰੋਡਾਂ ਤੇ ਇਹ ਜਿਹੜੇ ਵੈਲਫੇਅਰ ਸੁਸਾਇਟੀ ਵਾਲੇ ਨੇ ਇਹ ਨਕਲਾ ਕਰਾ ਗਿਆ ਨੂੰ ਉਹ ਜ਼ਾਲਮ ਦੇ ਬੱਚੋ ਨਕਲਾ ਸੇ ਇੰਨੀ ਵੱਡੀ ਮਸ਼ੀਨ ਚਾਹੀ ਨਹੀਂ ਹੁੰਦੀ ਹੈ ਆਹ ਜਿਸੀ ਵਾੜੋ ਤੇ ਉਤੂ ਦਬਾਓ ਤੇ ਬਟਨ ਦਬਾਓ ਤੇ ਨਕਲ ਨਿਕਲਣੀ ਹੈ ਉਹ ਵੀ ਸਾਰੀਆਂ ਬੰਦ ਹਨ ਉਹ ਦਿਮਾਗ ਸੈੱਟ ਹੈ ਤੁਸਾਂ ਸਾਰਿਆਂ ਨਾ ਮੰਨ ਗਏ ਯਾਰ ਅੱਜ ਮੈਂ ਮੂੰਹ ਧੋ ਕੇ ਆਇਆ ਨੇ ਸਰ ਧੋ ਕੇ ਆਇਆ ਨੇ ਮੇਰਾ ਦਿਮਾਗ ਫੁੱਲ ਖੁੱਲੇ ਹੋਇਆ ਨੇ ਮਿਹਰਬਾਨੀ ਕਰੋ ਕੋਈ ਤਰੀਕਾ ਕਰੋ ਖਾਨ ਸਾਹਿਬ ਇਮਾਨ ਨਾਲ ਮੇਰੇ ਸਾਹਮਣੇ ਆਓ ਤੇ ਮੈਂ ਤੁਹਾਨੂੰ ਸਲਾਮ ਕਰਾਂ ਹਾਂ
समझते गए जो सारे इंसान बोलो यार सारे यार कोई तरीका कटो कोई चीज देनी नहीं तो देना तरीका कटो किस तरह तुम औरतों को जलील कर रहे हो पैसे दे के तो उन्होंने कह रहे हो कैमरे के गिन के दक्ष वो बेचारी औरत गिन रही है सारी औरत गिन रही है पैसे वो तो नवा तरीका है पिछले दिन पता चल रहा है 500 कटौती भी कर रहे हो तुम सारे बिचू यार इंसानियत है तुसा भी जी यार ਤੁਹਾਡੇ ਤੇ ਕਰੋਨਾ ਦਾ ਅਜ਼ਾਬ ਨਾ ਆਵੇ ਤੇ ਕਿਸ ਚੀਜ਼ ਦਾ ਅਜ਼ਾਬ ਆਏ ਬਲਕਿ ਇਸ ਤੋਂ ਕੋਈ ਵੱਡਾ ਹੋਰ ਅਜ਼ਾਬ ਹੋਵੇ ਉਹ ਤੁਹਾਡੇ ਤੇ ਆਣਾ ਚਾਹੀਦਾ ਸੀ ਇਹ ਤੇ ਕਰੋਨਾ ਹੈ ਅੱਲਾ ਨੇ ਅਜ਼ਾਬ ਕੋਲੋਂ ਡਰੋ ਇਸ ਤੋਂ ਕੋਈ ਵੱਡਾ ਹੋਰ ਅਜ਼ਾਬ ਆਵੇ ਨਾ ਇਸ ਤੋਂ ਪਹਿਲੇ ਪਹਿਲੇ ਸਿੱਧੀ ਹੋ ਜਾਓ ਜਾਂ ਤੇ ਲਾਕਡਾਊਨ ਖੋਲੋ ਤੇ ਵਿਚਾਰੇ ਸਾਰੇ ਨੂੰ ਆਪਣਾ ਆਪਣਾ ਕੰਮ ਕਰਨ ਦਿਓ ਜਾਂ ਫਿਰ ਲਾਕਡਾਊਨ ਕਰਨਾ ਨੇ ਤੇ ਮਿਹਰਬਾਨੀ ਕਰੋ ਤੁਸੀਂ ਅੱਗੇ ਖੜਨਾ ਰੋਜ਼ਿਆਂ ਤੱਕ ਇਹ ਰੋਜ਼ੇ ਤਾਂ ਖੜੇ ਨੇ ਤੇ ਵਿਚਾਰੇ ਜਿਹੜੇ ਸਿਹਤ ਪੋਸ਼ ਲੋਕ ਹਨ ਉਹ ਤੇ ਖੁਦਕੁਸ਼ੀਆਂ ਕਰ ਸਨ ਮਰ ਜਾਣ ਵਿਚਾਰੇ इंसान बोलो यारा ओ खान साहब तुम जर्मन पठान नहीं हो अल्लाह तक पठाना ने दिमाग पता नहीं किसे होना है पर फिर भी तुरा अकल तो करो ना यार कोई चीज देनी नहीं तो किसी तरीके ना दियो मदद करनी तो किसी तरीके ना करो ਔਰਤਾਂ ਨੂੰ ਤੁਸੀਂ ਨਿਲਾਮ ਕਰ ਦਿੱਤਾ ਹੈ ਲੈਣਾ ਤੇ ਲਾ ਕੇ ਉਦੋਂ ਕੈਮਰੇ 600 ਕੈਮਰੇ ਲਾ ਕੇ ਉਹਨਾਂ ਦੀ ਸ਼ਕਲਾਂ ਤਕਾ ਰਹੇ ਹੋ ਉਦੋਂ ਕਹਿ ਰਹੇ ਹੋ ਪੈਸੇ ਕਿਨੋਂ ਦੇ ਰਿਹਾ ਤੇ ਉਹ ਮਦਦ ਕਰਨੀ ਨਾ ਮਦਦ ਕਰੋ ਕਿਸੇ ਪਤਾ ਹੀ ਨਾ ਚੱਲੇ ਉਹ ਕਹਿੰਦੇ ਨਾ ਲੋਕ ਕਿ ਦਾਏ ਹੱਥ ਸੇ ਦੋ ਤਾਂ ਬਾਏ ਹੱਥ ਕੋ ਵੀ ਪਤਾ ਨਾ ਚੱਲੇ ਤੁਸੀਂ ਤੇ ਦੇ ਰਹੇ ਹੋ ਤੇ ਉਦੋਂ ਪੂਰੀ ਦੁਨੀਆ ਨੂੰ ਤਕਾ ਰਹੇ ਹੋ ਮੀਡੀਆ ਦੇ ਜ਼ਰੀਏ ਕਿ ਅਸੀਂ ਮਦਦ ਕਰ ਰਹੇ ਹਾਂ ਲੋਕਾਂ ਦੀ ਮੰਨ ਗਏ ਤੁਹਾਨੂੰ ਜੀ ਤੇ ਮਿਹਰਬਾਨੀ ਕਰੋ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਸਾਰੇ ਤਕਨੇ ਰਹੋ ਆਪਣਾ ਪੀਐਚਡੀ ਵੀ ਹਾਂ ਜੀ ਟੀ ਫੋਰ ਨੰਨ ਤਰੰਗ ਦੁਬਾਰਾ ਹਾਜ਼ਰ ਹੋ ਸੀ ਇਮਾਨ ਖਾਨ ਸਾਹਿਬ ਨੇ ਇੱਕ ਕਰਨ ਵਾਸਤੇ ਓਕੇ ਅੱਲਾਹ ਹਾਫਿਜ਼।